ਲੋਕ ਅੱਜ ਆਜ਼ਾਦੀ ਦਿਹਾੜਾ ਮਨਾ ਰਹੇ ਨੇ, ਪਰ ਉਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਉਹ ਅੱਜ ਵੀ ਗੁਲਾਮ ਨੇ। ਪਰ ਇਹ ਕੋਈ ਸਰਕਾਰੀ ਗੁਲਾਮੀ ਨਹੀਂ, ਸਗੋਂ ਇਹ ਗੁਲਾਮੀ ਹੈ ਮਿਲਾਵਟ ਦੀ, ਜੋ ਦਿਨ ਬ ਦਿਨ ਪੰਜਾਬ ਦੇ ਮੱਖਣੀ ਖਾਣੇ ਲੋਕਾਂ ਨੂੰ ਕਮਜ਼ੋਰ ਕਰ ਰਹੀ ਹੈ। ਤਾਜ਼ਾ ਮਾਮਲਾ ਫਿਰੋਜ਼ਪੁਰ ਦਾ ਹੈ, ਜਿੱਥੇ ਸਿਹਤ ਮਹਿਕਮੇ ਦੀ ਟੀਮ ਨੇ ਕਥਿਤ ਤੌਰ 'ਤੇ 200 ਕਿਲੋ ਮਿਲਾਵਟੀ ਦੇਸੀ ਘਿਓ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਹ ਉਹੀ ਘਿਓ ਹੈ ਜਿਸ ਨੂੰ ਖਾ ਕੇ ਲੋਕ ਤਕੜੇ ਹੋਣ ਦੀ ਆਸ ਰੱਖਦੇ ਨੇ। ਦਰਅਸਲ ਕਿਸੇ ਦੀ ਮੁਖਬਰੀ 'ਤੇ ਜਦੋਂ ਸਿਹਤ ਮਹਿਕਮੇ ਵਾਲਿਆਂ ਨੇ ਇੱਕ ਦੁਕਾਨ ਨੂੰ ਖੰਗਾਲਿਆ ਤਾਂ ਉਸ ਵਿੱਚੋਂ ਇੱਕ ਆਮ ਜਿਹੀ ਪੈਕਿੰਗ ਵਿੱਚ ਦੇਸੀ ਘਿਓ ਬਰਾਮਦ ਹੋਇਆ, ਜਿਸਦੇ ਡੱਬਿਆਂ 'ਚੋਂ ਕਿਸੇ 'ਤੇ ਐਕਸਪਾਇਰੀ ਡੇਟ ਮੈਂਸ਼ਨ ਨਹੀਂ ਸੀ ਅਤੇ ਕਿਸੇ 'ਤੇ ਬੈਚ ਦਾ ਮਾਰਕਾ। ਅਧਿਕਾਰੀਆਂ ਨੇ ਮਿੰਟੋ ਮਿੰਟੀ ਘਿਓ ਦੇ ਡੱਬੇ ਆਪਣੇ ਕਬਜ਼ੇ ਵਿੱਚ ਕੀਤੇ, ਜਾਂਚ ਪੜਤਾਲ ਦਾ ਭਰੋਸਾ ਦਿੱਤਾ। ਉਹਦੇ ਦੂਜੇ ਪਾਸੇ ਦੁਕਾਨਦਾਰ ਆਪਣੇ ਘਿਓ ਦੀਆਂ ਤਾਰੀਫਾਂ ਕਰਦਾ ਨਜ਼ਰ ਆਇਆ। ਉਸਨੇ ਕਿਹਾ ਕਿ ਘਿਓ ਵਿੱਚ ਖਰਾਬੀ ਦਾ ਸਵਾਲ ਹੀ ਨਹੀਂ ਉੱਠਦਾ। ਹੁਣ ਸਹੀ ਕੌਣ ਹੈ, ਇਸ ਦਾ ਖੁਲਾਸਾ ਜਾਂਚ ਰਿਪੋਰਟ ਵਿੱਚ ਹੀ ਹੋ ਸਕਦਾ ਹੈ। ਮਹਾਰਾਜ ਬਿੱਲ ਵੀ ਹੈਗਾ, ਇਹਦਾ ਮਾਰਕਾ ਵੀ ਹੈਗਾ, ਸਾਰਾ ਕੁਛ ਹੈਗਾ ਜੀ, ਲੱਗਿਆ ਉੱਪਰ ਬਲੋਡ ਤੋਂ ਆਉਂਦਾ ਜੀ, ਉੱਥੇ ਲਿਖਿਆ ਜੀ ਲਾਈਟ ਦੇਸੀ ਘੀ ਹੈ। ਨਹੀਂ ਜੀ, ਆਪਾਂ ਤਾਂ ਨਹੀਂ ਸਮਝਦੇ ਵੀ ਅਸੀਂ ਲੋਕਾਂ ਨੂੰ ਠੱਗੀ ਕਰ ਰਹੇ ਹਾਂ, ਕੰਮ ਕਰ ਰਹੇ ਹਾਂ, ਆਪਦੇ ਮਿਹਨਤ ਮਜ਼ਦੂਰੀਆਂ ਰੋਟੀ ਕਮਾਈ ਖਾ ਰਹੇ ਹਾਂ ਜੀ। ਅੱਜ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਵੀ ਇੱਥੇ ਕੋਈ ਪੱਖਿਆਂ ਵਾਲੇ, ਕਰਿਆਨੇ ਵਾਲੇ ਇੱਥੇ ਕੋਈ ਦੇਸੀ ਘਿਓ ਦੀ ਹੋਲਸੇਲ ਦਾ ਕੰਮ ਕਰਦੇ ਆ, ਅਸੀਂ ਆ ਕੇ ਇਹਨਾਂ ਕੋਲ ਚੈਕਿੰਗ ਕੀਤੀ ਅਤੇ ਇਹਨਾਂ ਦੇ ਪਿਛਲੇ ਬੰਨੇ ਦੇਸੀ ਘਿਓ ਪਿਆ ਸੀਗਾ। ਇਹ ਆਗਰਾ ਦੀ ਮੈਨੂਫੈਕਚਰਿੰਗ ਆ, ਕੁਛ ਉਹ ਕ੍ਰਿਸ਼ਨਾ ਘਿਓ ਆ, ਇੱਕ ਕੋਈ ਹੈਗੀ ਆ ਬੰਸਰੀ, ਉਹ ਵੀ ਹੈਗੀ ਵੱਖਰੀ ਮੈਨੂਫੈਕਚਰਿੰਗ। ਉਹਦੇ 'ਤੇ FSSA ਨੰਬਰ ਲਿਖਿਆ ਨਹੀਂ ਹੋਇਆ, FSSA ਦੀ ਮੋਹਰ ਲੱਗੀ ਹੋਈ ਆ ਪਰ ਨੰਬਰ ਕੋਈ ਨਹੀਂ ਲਿਖਿਆ ਆ। ਜੇ ਕਿਸੇ ਦੇ ਉੱਤੇ MRP ਲਿਖੀ ਹੋਈ ਆ ਤਾਂ ਉਹਦੇ ਅੱਗੇ ਬੈਚ ਨੰਬਰ ਨਹੀਂ ਲਿਖਿਆ, ਉਹਦਾ ਸਾਰੀ ਇਨਕਲੂਡ, ਅਤੇ ਵੇਖਣ ਦੇ ਵਿੱਚ ਵੀ ਜਿਹੜਾ ਲੱਗਣ ਡਿਆ ਵਾ ਵੀ ਇਹ ਪਿਓਰ ਜਿਹੜਾ ਦੇਸੀ ਘਿਓ ਨਹੀਂ ਸੀਗਾ।